ਕੈਪਟਨ ਸਾਹਿਬ ਦਾ ਮੈਨੂੰ ਸਤਿਕਾਰ ਹੈ, ਲੇਕਿਨ ਉਹਨਾਂ ਨੇ ਸ਼੍ਰੀਮਤੀ ਸੋਨੀਆ ਗਾਂਧੀ ਕੋਲੇ, ਮੈਂ ਤਖਤ ਸਾਹਿਬ ਤੇ ਖੜੋ ਕੇ ਕਹਿੰਦਾ, ਇੱਕ ਝੂਠ ਬੋਲਿਆ। ਉਹਨਾਂ ਨੇ ਜਾ ਕੇ ਸੋਨੀਆ ਗਾਂਧੀ ਨੂੰ ਕਿਹਾ ਕਿ ਜਗਮੀਤ ਸਿੰਘ ਬਰਾੜ ਨੂੰ ਤੁਰੰਤ ਪਾਰਟੀ ਚੋਂ ਇਸ ਕਰਕੇ ਐਕਸਪੈਲ ਕਰੋ ਕਿਉਂਕਿ ਉਹ 13 ਤਰੀਕ ਵਿਸਾਖੀ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹੈ। ਇਹ ਉਹਨਾਂ ਨੇ ਝੂਠ ਬੋਲਿਆ। ਔਰ ਸੋਨੀਆ ਗਾਂਧੀ ਨੇ ਅੱਗੋਂ ਪੁੱਛਿਆ ਕਿ ਕੀ ਤੁਹਾਨੂੰ 100% ਭਰੋਸਾ ਹੈ ਕਿ ਉਹ ਦਾਖਲ ਹੋ ਰਹੇ ਨੇ, ਉਸ ਪਾਰਟੀ ਜਾ ਰਹੇ ਨੇ? ਉਹ ਕਹਿੰਦੇ, ਹਾਂ, ਮੇਰੀ ਮਹਾਰਾਜ ਦੇ ਵਿੱਚ ਉਹਨਾਂ ਵਾਂਗੂ ਰਿਸ਼ਤੇਦਾਰੀਆਂ, ਮੇਰੇ ਸਾਥੀ ਹੈ, ਮੈਨੂੰ ਪਤਾ ਲੱਗਿਆ ਤਲਵੰਡੀ ਤੋਂ। ਆਹ ਤਲਵੰਡੀ ਦੇ ਪਰਿਵਾਰ, ਸਰਦਾਰ ਰਣਬੀਰ ਸਿੰਘ ਸਿੱਧੂ ਪਰਿਵਾਰ, ਭਾਈਚਾਰਾ ਪਰਿਵਾਰ, ਜਿਨ੍ਹਾਂ ਨੇ ਦਸਮ ਪਾਤਸ਼ਾਹ ਦੇ ਸ਼ਸਤਰਾਂ ਦਾ, ਜਿਨ੍ਹਾਂ ਨੇ ਸੇਵਾ ਕੀਤੀ ਆ, ਹਮੇਸ਼ਾ ਇੱਥੇ ਕੋਲੇ ਖੜ੍ਹੇ ਹੈ। ਅਸੀਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ, ਕਿਸੇ ਪਾਰਟੀ ਦੀ ਕਾਨਫਰੰਸ ਨਹੀਂ ਜਾ ਰਹੇ। ਇਸ ਕਰਕੇ ਅਮਰਿੰਦਰ ਸਿੰਘ ਨੂੰ ਇਸ ਗੱਲ ਦੀ ਖਿਮਾ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਝੂਠਾ ਸ਼੍ਰੀਮਤੀ ਸੋਨੀਆ ਗਾਂਧੀ ਕੋਲੇ ਜਾ ਕੇ ਇਹ ਗੱਲ ਕਹੀ ਹੈ, ਪਰ ਮੇਰੇ ਉਸ ਪਾਰਟੀ ਨਾਲ ਹੁਣ ਕੋਈ ਸੰਬੰਧ ਨਹੀਂ ਰਹੇ। ਬਿਊਰੋ ਰਿਪੋਰਟ, ਪੰਜਾਬ ਟੂਡੇ।